ਸਮੱਸਿਆ ਇਹ ਹੋਈ ਆ ਵੀ ਇਹ ਪਰਸਨ ਜੋ ਉਥਾਈ ਆ ਸਾਡੇ ਇੱਥੇ ਬਟਾਲੇ, ਉੱਥੇ ਆ ਕੇ ਇਹਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ, ਅਤੇ ਨਾ ਤਾਂ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਅਤੇ ਨਾ ਹੀ ਮੈਨੂੰ ਕੁਛ ਦਿੰਦੀ ਆ ਖਾਣ ਨੂੰ। ਮੈਂ ਉੱਦਾਂ ਹੀ ਭੁੱਖਾ ਭਗਾਉਣ ਆ ਜਾਂਦਾ ਵਾਂ ਇੱਥੇ ਡਿਊਟੀ 'ਤੇ, ਇੱਥੇ ਆ ਕੇ ਖਾਂਦਾ ਰੋਟੀ, ਅਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀਂ ਪਈ ਆ ਕੇ, ਨਾਲੇ ਉਸ ਜਿਹੜੇ ਸਰਕਾਰੀ ਉਹ ਸੀ ਆਪਣੇ ਸਾਡੇ ਇੱਥੇ ਕਾਗਜ਼ ਸੀ ਉਹ ਵੀ ਮਾਰੇ ਘੁਮਾ ਘੁੰਮੂ ਕੇ, ਵਿਘਨ ਪਾਇਆ ਸਰਕਾਰੀ ਕੰਮ 'ਚ, ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ 'ਤੇ ਹਾਂ ਇਸ ਟਾਈਮ, ਅਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ, ਨਹੀਂ ਤਾਂ ਮੇਰਾ ਘੱਟੋ ਘੱਟ ਵੀ ਹੁਣ ਤੱਕ 7-8 ਹਜ਼ਾਰ ਰੁਪਇਆ ਹੋ ਜਾਣਾ। ਮੈਂ ਮੰਗ ਬਾਅਦ ਤਲਾਕ ਦੀ ਕਰਦਾ ਬਸ, ਸਮੱਸਿਆ ਇਹ ਹੋਈ ਆ ਵੀ ਇਹ ਪਰਸਨ ਜੋ ਉਥਾਈ ਆ ਸਾਡੇ ਇੱਥੇ ਬਟਾਲੇ, ਉੱਥੇ ਆ ਕੇ ਇਹਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ, ਅਤੇ ਨਾ ਤਾਂ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਅਤੇ ਨਾ ਹੀ ਮੈਨੂੰ ਕੁਛ ਦਿੰਦੀ ਆ ਖਾਣ ਨੂੰ। ਮੈਂ ਉੱਦਾਂ ਹੀ ਭੁੱਖਾ ਭਗਾਉਣ ਆ ਜਾਂਦਾ ਵਾਂ ਇੱਥੇ ਡਿਊਟੀ 'ਤੇ, ਇੱਥੇ ਆ ਕੇ ਖਾਂਦਾ ਰੋਟੀ, ਅਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀਂ ਪਈ ਆ ਕੇ, ਨਾਲੇ ਉਸ ਜਿਹੜੇ ਸਰਕਾਰੀ ਉਹ ਸੀ ਆਪਣੇ ਸਾਡੇ ਇੱਥੇ ਕਾਗਜ਼ ਸੀ ਉਹ ਵੀ ਮਾਰੇ ਘੁਮਾ ਘੁੰਮੂ ਕੇ, ਵਿਘਨ ਪਾਇਆ ਸਰਕਾਰੀ ਕੰਮ 'ਚ, ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ 'ਤੇ ਹਾਂ ਇਸ ਟਾਈਮ, ਅਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ, ਨਹੀਂ ਤਾਂ ਮੇਰਾ ਘੱਟੋ ਘੱਟ ਵੀ ਹੁਣ ਤੱਕ 7-8 ਹਜ਼ਾਰ ਰੁਪਇਆ ਹੋ ਜਾਣਾ। ਮੈਂ ਮੰਗ ਬਾਅਦ ਤਲਾਕ ਦੀ ਕਰਦਾ ਬਸ, ਸਮੱਸਿਆ ਇਹ ਹੋਈ ਆ ਵੀ ਇਹ ਪਰਸਨ ਜੋ ਉਥਾਈ ਆ ਸਾਡੇ ਇੱਥੇ ਬਟਾਲੇ, ਉੱਥੇ ਆ ਕੇ ਇਹਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ, ਅਤੇ ਨਾ ਤਾਂ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਅਤੇ ਨਾ ਹੀ ਮੈਨੂੰ ਕੁਛ ਦਿੰਦੀ ਆ ਖਾਣ ਨੂੰ। ਮੈਂ ਉੱਦਾਂ ਹੀ ਭੁੱਖਾ ਭਗਾਉਣ ਆ ਜਾਂਦਾ ਵਾਂ ਇੱਥੇ ਡਿਊਟੀ 'ਤੇ, ਇੱਥੇ ਆ ਕੇ ਖਾਂਦਾ ਰੋਟੀ, ਅਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀਂ ਪਈ ਆ ਕੇ, ਨਾਲੇ ਉਸ ਜਿਹੜੇ ਸਰਕਾਰੀ ਉਹ ਸੀ ਆਪਣੇ ਸਾਡੇ ਇੱਥੇ ਕਾਗਜ਼ ਸੀ ਉਹ ਵੀ ਮਾਰੇ ਘੁਮਾ ਘੁੰਮੂ ਕੇ, ਵਿਘਨ ਪਾਇਆ ਸਰਕਾਰੀ ਕੰਮ 'ਚ, ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ 'ਤੇ ਹਾਂ ਇਸ ਟਾਈਮ, ਅਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ, ਨਹੀਂ ਤਾਂ ਮੇਰਾ ਘੱਟੋ ਘੱਟ ਵੀ ਹੁਣ ਤੱਕ 7-8 ਹਜ਼ਾਰ ਰੁਪਇਆ ਹੋ ਜਾਣਾ। ਮੈਂ ਮੰਗ ਬਾਅਦ ਤਲਾਕ ਦੀ ਕਰਦਾ ਬਸ, ਸਮੱਸਿਆ ਇਹ ਹੋਈ ਆ ਵੀ ਇਹ ਪਰਸਨ ਜੋ ਉਥਾਈ ਆ ਸਾਡੇ ਇੱਥੇ ਬਟਾਲੇ, ਉੱਥੇ ਆ ਕੇ ਇਹਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ, ਅਤੇ ਨਾ ਤਾਂ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਅਤੇ ਨਾ ਹੀ ਮੈਨੂੰ ਕੁਛ ਦਿੰਦੀ ਆ ਖਾਣ ਨੂੰ। ਮੈਂ ਉੱਦਾਂ ਹੀ ਭੁੱਖਾ ਭਗਾਉਣ ਆ ਜਾਂਦਾ ਵਾਂ ਇੱਥੇ ਡਿਊਟੀ 'ਤੇ, ਇੱਥੇ ਆ ਕੇ ਖਾਂਦਾ ਰੋਟੀ, ਅਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀਂ ਪਈ ਆ ਕੇ, ਨਾਲੇ ਉਸ ਜਿਹੜੇ ਸਰਕਾਰੀ ਉਹ ਸੀ ਆਪਣੇ ਸਾਡੇ ਇੱਥੇ ਕਾਗਜ਼ ਸੀ ਉਹ ਵੀ ਮਾਰੇ ਘੁਮਾ ਘੁੰਮੂ ਕੇ, ਵਿਘਨ ਪਾਇਆ ਸਰਕਾਰੀ ਕੰਮ 'ਚ, ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ 'ਤੇ ਹਾਂ ਇਸ ਟਾਈਮ, ਅਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ, ਨਹੀਂ ਤਾਂ ਮੇਰਾ ਘੱਟੋ ਘੱਟ ਵੀ ਹੁਣ ਤੱਕ 7-8 ਹਜ਼ਾਰ ਰੁਪਇਆ ਹੋ ਜਾਣਾ। ਕੀ ਮੰਗ ਕਰਦੇ? ਮੈਂ ਮੰਗ ਬਾਅਦ ਤਲਾਕ ਦੀ ਕਰਦਾ ਬਸ,